ਗੁਰਬਾਨੀ ਦਾ ਬਚਨ ਹੈ ਪਖਾਰੀ ਤੇ ਰਾਜ ਕਰਾਵਾਂ ਰਾਜਾ ਤੇ ਪਖਾਰੀ ਹੁਣ ਕੈਪਟਨ ਬਰਿੰਦਰ ਸਿੰਘ ਰਾਜਾ ਸੀ ਗੁਟਕੇ ਦੀ ਸੌਂਖ ਆ ਗਿਆ ਝੂਠੀ ਉਹਨੂੰ ਪਖਾਰੀ ਬਣਾਤਾ ਇੱਕ ਪਗਰੀਬ ਕਰਦੇ ਨੂੰ ਚਰਨਜੀਤ ਸਿੰਘ ਚੰਨੀ ਨੂੰ ਮਹਾਰਾਜ ਨੇ ਰਾਜ ਬਖਸ਼ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਫਿਰ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਰੋਏ ਉਹ ਕਿ ਸਹਬਜਾਦਾਂ ਦੇ ਅਸੀਂ ਐਦਾਂ ਸਨਸਕਾਰ ਕੀਤੇ ਅਸੀਂ ਸ਼ਦਾਈਆਂ ਵਾਲਾ ਰੂਪ ਧਾਰਨ ਕੀਤਾ ਤੇ ਸਤਿਗੁਰੂ ਕਹਿੰਦੇ ਮੰਗੋ ਕੀ ਮੰਗਦੇ ਹਾਂ ਕੈਪਟਨ ਮਰਿੰਦਰ ਦੇ ਵੱਡੇ ਬਡੇਰਾਂ ਦੀ ਹਿਸਟਰੀ ਦੱਸ ਦਿਆਂ ਤੁਹਾਨੂੰ ਸਾਰੇ ਇੱਕੋ ਜਿਹੇ ਨਹੀਂ ਹੋਇਆ ਕਰਦਾ ਇਹ ਤਾਂ ਕੈਪਟਨ ਮਰਿੰਦਰ ਸਿੰਘ ਲਈ ਤਾਂ ਜਿਹੜਾ ਕਰੋਨਾ ਆਇਆ ਨਾ ਇਹ ਵਰਦਾਨ ਬਣ ਗਿਆ ਕਰੋਨਾ ਹੈ ਨਹੀਂ ਸੀ ਵੈਸੇ ਇਹੀ ਕਹੀ ਗਿਆ ਇੰਨਾ ਹੈ ਨਹੀਂ ਸੀ ਨਹੀਂ ਤਾਂ ਇਹ ਅਸਤੀਫਾ 1.5 ਸਾਲ ਪਹਿਲਾਂ ਹੀ ਦੇਣਾ ਪੈਂਦਾ ਇਹ ਤਾਂ ਕਰੋਨਾ ਦਾ थैंक यू ਕਰਨਾ ਚਾਹੁੰਦਾ ਕੈਪਟਨ ਅਬਰਿੰਦਰ ਸਿੰਘ ਨੂੰ ਆ ਜਿੰਨੇ ਪੰਜਾਬ ਚ ਲੀਡਰ ਹੈ ਇਹਨਾਂ ਨੂੰ ਆਕਲ ਲੈਣੀ ਚਾਹੀਦੀ ਹੈ ਵੀ ਤੁਸੀਂ ਗੱਲ-ਗੱਲ ਤੇ ਸੌਹਾ ਖਾਨੇ ਹੋ ਨਾ ਤੁਹਾਡਾ ਹਾਲ ਕੈਪਟਨ ਅਬਰਿੰਦਰ ਸਿੰਘ ਆਲਾ ਹੋਊਗਾ ਬੰਦੇ ਦੇ ਪੁੱਤ ਬਣ ਜੋ ਇਹ ਗੁਰੂ ਨੂੰ ਖੇਡ ਨਾ ਜਾਣੋ ਕੁਰਬਾਨੀ ਚ ਬੜੀ ਤਾਕਤ ਹੈ ਇੱਕ ਗਰੀਬ ਨੂੰ ਦੇਖੋ ਮੁੱਖ ਮੰਤਰੀ ਬਣਾਤਾ ਲੋਕ ਤਾਂ ਚਲੋ ਕਿਸੇ ਤੇ ਵੀ ਖੁਸ਼ ਨਹੀਂ ਮਨ ਜਿੱਤਿਆ ਜਗ ਜਿੱਤ ਜੀ ਨੇ ਮਨ ਜਿੱਤ ਲਿਆ ਜਗ ਜਿੱਤ ਲਿਆ ਪਰ ਜੋ ਓਵਰਆਲ ਚੰਨੀ ਜੀ ਦੀ ਪਰਫਾਰਮੈਂਸ ਆ ਰੀਅਲੀ ਹੀ ਇਸ ਡੂਇੰਗ ਵੈਰੀ ਗੁੱਡ ਵਰਕ ਅੱਜ ਲੋਕ ਕਹਿੰਦੇ ਨੇ ਕੰਮ ਹੋਵੇ ਨਾ ਹੋਵੇ ਪਰ ਸਾਨੂੰ ਲੀਡਰ ਜਿਹੜਾ ਹੈ ਸਾਡਾ ਚੁਣਿਆ ਸਾਨੂੰ ਪਿਆਰ ਨਾਲ ਮਿਲੇ ਗਲ ਬੱਕੜੀ ਚ ਲੈ ਕੇ ਮਿਲੇ ਵੀ ਕਹਿਣ ਤੋਂ ਭਾਵ ਕੰਮ ਹੋਵੇ ਨਾਲੋਂ ਵੱਧ ਇੱਕ ਡੀਲਿੰਗ ਹੋਵੇ ਵਧੀਆ ਡੀਲਿੰਗ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਚੰਨੀ ਸਾਹਿਬ ਦੀ ਹੁਣ ਕਈ ਰਜਵਾੜੇ ਲੋਕ ਕੈਪਟਨ ਸਾਹਿਬ ਦੀ ਡੀਲਿੰਗ ਨੂੰ ਕਿਵੇਂ ਦੇਖਦੇ ਸੀ ਤੁਸੀਂ ਕੈਪਟਨ ਸਾਹਿਬ ਦੀ ਡੀਲਿੰਗ ਤਾਂ ਭਾਈ ਜ਼ੀਰੋ ਹੀ ਸੀ ਓ ਹੁਣ ਤਾਂ ਤੁਸੀਂ ਨਾਮ ਜਪੋ 80 ਸਾਲ ਦੀ ਉਮਰ ਹੋ ਗਈ ਹੁਣ ਅੱਗਾ ਨੇੜੇ ਆ ਗਿਆ ਦੇਖ ਫਰੀਦਾ ਜੋਥੀ ਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਪਿੱਛਾ ਤਾਂ ਦੂਰ ਰਹਿ ਗਿਆ ਕੈਪਟਨ ਸਾਹਿਬ ਨਾਮ ਜਪੋ ਸਿਮਰਨ ਕਰੋ ਹੁਣ ਤੁਸੀਂ ਫੇਰ ਸੁਪਨੇ ਦੇਖੀ ਜਾਂਦੇ ਹੋ ਜੀਨੇ ਬੇਅਦਬੀ ਕਰਾਈ ਐ ਜਾਂ ਜੀਨੇ ਬੇਅਦਬੀ ਕਰੀ ਐ ਸੱਚੇ ਪਾਤਸ਼ਾਹ ਉਹਦਾ ਕੱਖ ਨਾ ਰਹੇ ਉਹਦੀ ਕੁੱਲ ਦਾ ਨਾਸ਼ ਹੋ ਜਾ ਉਹਦਾ ਬੇੜਾ ਗਰਕ ਹੋ ਜਾ ਉਹ ਬੰਦਾ ਸ਼ਾਜਸ਼ ਅਦੀਨ ਗਿਆ ਜਿਹੜਾ ਦਿੱਤੂਪੁਰ ਗਿਆ ਉਦੋਂ ਵੱਡੇ ਖੁਸਰੇ ਉਹ ਨੇ ਜਿਹੜੇ 15 ਬੰਦੇ ਬੈਠੇ ਸੀ 15 ਬੰਦਿਆਂ ਐ ਦੇਖ ਰਹੇ ਨੇ ਉਹਨੂੰ ਐ ਵੀ ਆ ਰਿਹਾ ਉਹਦੇ ਉਹਨੂੰ ਕਿਉਂ ਨਾ ਬਾਹਰੇ ਕੱਢਿਆ ਮਾਰਾ ਦੇ ਤਾਬੇ ਚੜਿਆ ਗਰੰਥੀ ਬੈਠਾ ਉੱਠ ਕੇ ਉਹਨੂੰ ਧੱਕਾ ਨਹੀਂ ਸੀ ਮਾਰ ਸਕਦਾ ਸਿਰ ਇੱਕ ਬਾਹ ਵਾਲਾ ਟੁੰਡਾ ਬਿਆਦਬੀ ਕਰ ਗਿਆ ਜੇ ਦੋ ਬਾਹਾਂ ਹੁੰਦੀਆਂ ਕੀ ਕਰਦਾ ਉਹ ਜੀ ਜਦੋਂ ਦੀ ਨਾਮ ਆਦਮੀ ਪਾਰਟੀ ਹੋਣ ਚਾਈ ਹੈ ਇੱਕ ਅਸੀਂ ਗੱਲ ਕਹਾਂਗੇ ਇਹ ਬਿਆਦਬੀ ਦੀਆਂ ਘਟਨਾਵਾਂ ਵੀ ਉਦੋਂ ਦੀਆਂ ਕਿਉਂ ਸ਼ੁਰੂ ਹੋਈਆਂ ਨੇ ਸਾਡਾ ਇੱਕ ਸਵਾਲ ਆ ਧਰਮ ਨੂੰ ਮੁੱਖ ਰੱਖ ਕੇ ਰਾਜ ਕਰੇ ਜਿਹੜਾ ਕਰੇ ਹਾਂ ਬਾਕੀ ਪੰਜਾਬ ਦੇ ਵਿੱਚੋਂ ਹੀ ਮੁੱਖ ਮੰਤਰੀ ਬਣੇ ਭਾਈ ਜਿਹੜਾ ਮਰਜ਼ੀ ਬਣੇ ਬਾਹਰਲਾ ਮੁੱਖ ਮੰਤਰੀ ਪੰਜਾਬੀਆਂ ਨੂੰ ਪ੍ਰਵਾਨ ਨਹੀਂ ਇਹ ਨਹੀਂ ਵੀ ਕੋਈ ਭਈਆ ਸਾਡੇ ਤੇ ਰਾਜ ਕਰੇ ਅਸੀਂ ਨਹੀਂ ਪ੍ਰਵਾਨ ਕਰਾਂਗੇ ਇਹ ਗੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਚ ਕੀ ਚੱਲ ਰਿਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਪੰਜਾਬ ਜਦੋਂ ਦੇ ਬਣੇ ਨੇ ਕਿਤੇ ਨਾ ਕਿਤੇ ਜੋ ਸੰਕੜਿਆਂ ਚ ਧਰਨੇ ਪ੍ਰਦਰਸ਼ਨ ਚੱਲ ਰਹੇ ਸੀ ਉਹਨਾਂ ਵਿੱਚ ਰੁਕਾਵਟ ਪਾਉਣ ਲਈ ਤਾਂ ਪੂਰੇ ਤਰ੍ਹਾਂ ਸਹੀ ਨਜ਼ਰ ਆਏ ਨੇ ਕਿਉਂਕਿ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ ਉਹਨਾਂ ਨੇ ਧਰਨੇ ਸਮਾਪਤ ਕਰਵਾਏ ਨੇ ਕਿ ਸਾਨੂੰ ਥੋੜਾ ਸਮਾਂ ਦਿਓ ਸਮਾਂ ਦਿਓ ਤੁਹਾਡੇ ਹੱਲ ਕਰਾਂਗੇ ਹੱਲ ਬੈਠ ਕੇ ਹੋਣੇ ਨੇ ਪ੍ਰਦਰਸ਼ਨ ਕਰਕੇ ਨਹੀਂ ਹੋਣੇ ਟੈਂਕੀ ਤੇ ਜੋ ਬੇਰੁਜ਼ਗਾਰ ਮੁਲਾਜ਼ਮ ਜਾ ਆਪਣੀਆਂ ਮੰਗਾਂ ਪ੍ਰਤੀ ਠੇਕੇਦਾਰੀ ਸਿਸਟਮ ਤੇ ਜੋ ਵੀ ਕੰਮ ਕਰ ਰਹੇ ਸੀ ਜਿੰਨੇ ਵੀ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਧਰਨੇ ਪ੍ਰਦਰਸ਼ਨ ਇੱਕ ਵਾਰ ਤਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਾਪਸ ਕਰਵਾ ਰਹੇ ਨੇ ਪਰ ਉਸ ਤੋਂ ਬਾਅਦ ਕਿਵੇਂ ਦੇ ਹਾਲਾਤ ਬਣਦੇ ਨੇ ਕੀ ਲੱਗਦਾ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਵਿਧਾਨ ਸਭਾ ਚੋਣਾਂ ਵੀ ਬਿਲਕੁਲ ਨਜ਼ਦੀਕ ਨੇ ਅਤੇ ਕਿਵੇਂ ਦਾ ਸਿਸਟਮ ਚੱਲਣਾ ਉਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਬਾਬਾ ਸੁਰਜੀਤ ਸਿੰਘ ਕਨੜਕੀ ਵਾਲੇ ਮੌਜੂਦ ਨੇ ਕਰਾਂਗੇ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ ਨੂੰ ਲਗਾਤਾਰ ਸ਼ੁਰੂਆਤ ਦੀ ਆਪਾਂ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸੌਂ ਖਾਧੀ ਜੀ ਸੌਂ ਖਾਣ ਤੋਂ ਬਾਅਦ ਕੇ ਐਨੇ ਸਮੇਂ ਚ ਨਸ਼ਾ ਖਤਮ ਕਰਦਾਂਗੇ ਆ ਵਾਦੇ ਵੱਡੇ ਵਾਦੇ ਕਰਕੇ ਪੂਰੇ ਕਰਦਾਂਗੇ ਉਹ ਪੂਰੇ ਹੋਏ ਨਹੀਂ ਕੀ ਲੱਗਦਾ ਤੁਹਾਨੂੰ ਕਿ ਮੁੱਖ ਮੰਤਰੀ ਪੰਜਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲ ਬਾਅਦ ਅਸਤੀਫਾ ਦੇਣਾ ਪਿਆ ਇੱਕ ਪਰਮਾਤਮਾ ਨੇ ਜਾਂ ਵਹਿਗੁਰੂ ਨੇ ਸੱਟ ਮਾਰਦੀ ਹਾਂਜੀ ਗੁਰਬਾਣੀ ਦਾ ਬਚਨ ਹੈ ਪਖਾਰੀ ਤੇ ਰਾਜ ਕਰਾਵੈ ਰਾਜਾ ਤੇ ਪਖਾਰੀ ਹੁਣ ਕੈਪਟਨ ਅਮਰਿੰਦਰ ਸਿੰਘ ਰਾਜਾ ਸੀ ਗੁਟਕੇ ਦੀ ਸੌਂਖ ਆ ਗਿਆ ਝੂਠੀ ਉਹਨੂੰ ਪਖਾਰੀ ਬਣਾਤਾ ਇੱਕ ਪਗਰੀਬ ਕਰਦੇ ਨੂੰ ਚਰਨਜੀਤ ਸਿੰਘ ਚੰਨੀ ਨੂੰ ਮਹਾਰਾਜ ਨੇ ਰਾਜ ਬਖਸ਼ਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਜਾਣ ਤੋਂ ਪਹਿਲਾਂ 52 ਵਚਨ ਕੀਤੇ 52 ਵਚਨਾ ਚ ਇਹ ਕਿਹਾ ਵੀ ਗੁਰੂ ਦੀ ਸੌਣੀ ਖਾਣੀ ਕਦੇ ਕੈਪਟਨ ਅਮਰਿੰਦਰ ਦੇ ਵੱਡੇ ਬਡੇਰੇ ਰਾਮਾ ਤੇ ਤਲੋਕਾ ਹੋਏ ਨੇ ਜਿਨ੍ਹਾਂ ਨੇ ਸਹਬਜ਼ਾਦੇ ਬਾਬਾ ਜੀਤ ਸਿੰਘ ਤੇ ਜੁਝਾਰ ਸਿੰਘ ਦਾ ਭੇਸ ਬਦਲ ਕੇ ਸੰਸਕਾਰ ਕੀਤਾ ਚਮਕੌਰ ਦੀ ਗੜੀ ਫਿਰ ਉਹ ਰਾਸ਼ਨ ਦੇ ਗੱਡੇ ਭਰ ਕੇ ਦਮਦਮਾ ਸਾਹਿਬ ਗਏ ਭਾਈ ਰਾਮਾ ਤੇ ਤਲੋਕਾ ਜੀ ਉੱਥੇ ਕਿਸੇ ਸਿੰਘ ਨੇ ਕਿਹਾ ਮਹਾਰਾਜ ਇਹਨਾਂ ਦੀ ਬਹੁਤ ਵੱਡੀ ਸੇਵ ਹੈ ਰਾਮਾ ਤੇ ਤਲੋਕਾ ਆਏ ਨੇ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਫਿਰ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਰੋਏ ਉਹ ਕਿ ਸਹਬਜ਼ਾਦਾਾਂ ਦੇ ਅਸੀਂ ਐਦਾਂ ਸੰਸਕਾਰ ਕੀਤੇ ਅਸੀਂ ਸ਼ਦਾਈਆਂ ਵਾਲਾ ਰੂਪ ਧਾਰਨ ਕੀਤਾ ਤੇ ਸਤਿਗੁਰੂ ਕਹਿੰਦੇ ਮੰਗੋ ਕੀ ਮੰਗਦੇ ਹੋ ਕੈਪਟਨ ਮਰਿੰਦਰ ਦੇ ਵੱਡੇ-ਵਡੇਰਾਂ ਦੀ ਹਿਸਟਰੀ ਦੱਸਦੇ ਆ ਤੁਹਾਨੂੰ ਸਾਰੇ ਇੱਕੋ ਜਿਹੇ ਨਹੀਂ ਹੋਇਆ ਕਰਦੇ ਤਾ ਫਿਰ ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਟਿਕਨ ਨਹੀਂ ਦਿੰਦਾ ਸਾਡੀਆਂ ਕੁੜੀਆਂ ਨੂੰ ਨੌਜਵਾਨ ਮੁੰਡੇ ਮਜ਼ਾਕ ਕਰਦੇ ਨੇ ਜਦੋਂ ਪਾਣੀ ਭਰਨ ਜਾਂਦੀਆਂ ਨੇ ਖੂਹਾਂ ਤੋਂ ਮਹਾਰਾਜ ਕਹਿੰਦੇ ਟਿਕਨ ਦੀ ਗੱਲ ਨਹੀਂ ਆ ਮੈਂ ਤੁਹਾਨੂੰ ਰਾਜ ਦਿੱਤਾ ਨਾਬੇ ਵਾਲਾ ਰਾਜਾ ਜੀਂਦ ਵਾਲਾ ਰਾਜਾ ਪਟਿਆਲੇ ਵਾਲਾ ਰਾਜਾ ਫਿਰ ਉਹਨਾਂ ਚੋਂ ਹੋਏ ਸੋ ਗੁਰੂ ਦੀ ਬਖਸ਼ਿਸ਼ ਨਾਲ ਕੈਪਟਨ ਬਰਿੰਦਰ ਸਿੰਘ ਨੂੰ ਰਾਜ ਮਿਲਿਆ ਉਸ ਗੁਰੂ ਦੀ ਜਦੋਂ ਝੂਠੀ ਸੌ ਖਾਦੀ ਇਹ ਉਸ ਗੁਰੂ ਦੀ ਝੂਠੀ ਸੌ ਨੇ ਹੀ ਕਰਾਮਾਤ ਵਰਤਾਈ ਐ ਇਹ ਤਾਂ ਕੈਪਟਨ ਅਬਰਿੰਦਰ ਸਿੰਘ ਲਈ ਤਾਂ ਜਿਹੜਾ ਕਰੋਨਾ ਆਇਆ ਨਾ ਇਹ ਵਰਦਾਨ ਬਣ ਗਿਆ ਕਰੋਨਾ ਹੈ ਨਹੀਂ ਸੀ ਵੈਸੇ ਹੀ ਕਹੀ ਗਿਆ ਐਨਾ ਹੈ ਨਹੀਂ ਸੀ ਨਹੀਂ ਤਾਂ ਇਹ ਅਸਤੀਫਾ 1.5 ਸਾਲ ਪਹਿਲਾਂ ਹੀ ਦੇਣਾ ਪੈਂਦਾ ਇਹ ਤਾਂ ਕਰੋਨਾ ਦਾ ਥੈਂਕ ਯੂ ਕਰਨਾ ਚਾਹੀਦਾ ਕੈਪਟਨ ਅਬਰਿੰਦਰ ਸਿੰਘ ਨੂੰ ਜਦੋਂ ਤੁਸੀਂ ਵੋਟਾਂ ਵੇਲੇ ਵਾਅਦੇ ਕਰਦੇ ਹੋ ਤੁਸੀਂ ਮਾਗਰੋਂ 4 ਸਾਲ ਅੰਦਰੋਂ ਨਹੀਂ ਨਿਕਲਦੇ ਕਿਸੇ ਨੂੰ ਮਿਲਦੇ ਨਹੀਂ ਦੇਖੋ ਸਮਾ ਸਮਾ ਬਲਵਾਨ ਹੁੰਦਾ ਜਿਹੜੇ ਕੈਪਟਨ ਅਮਰਿੰਦਰ ਨੂੰ ਲੋਕ ਮਿਲਣ ਨੂੰ ਤਰਸਦੇ ਸੀ ਕਿਸੇ ਨੂੰ ਮਿਲਦੇ ਨਹੀਂ ਸੀ ਅੱਜ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਮਿਲਣ ਨੂੰ ਤਰਸਦੇ ਅੱਜ ਉਹਨਾਂ ਕੋਲੇ ਕੋਈ ਜਾ ਨਹੀਂ ਰਿਹਾ ਕਿੱਥੇ ਆਪਦੇ ਮੰਤਰੀਆਂ ਤੇ ਐਮਐਲਏ ਨੂੰ ਵੀ ਟਾਈਮ ਨਹੀਂ ਸੀ ਦਿੰਦਾ ਅੱਜ ਉਡੀਕ ਦਾ ਮੱਥੇ ਤੇ ਹੱਥ ਧਰ ਕੇ ਵੀ ਕੋਈ ਕੋਈ ਐਮਐਲਏ ਜਾਂ ਮੰਤਰੀ ਮੇਰੇ ਕੋਲੇ ਆ ਜੇ ਹੋਣ ਹਾਰ ਬਲਵਾਨ ਕੇ ਚਿਕਨੇ ਚਿਕਨੇ ਪਾਤ ਆ ਜਿੰਨੇ ਪੰਜਾਬ ਚ ਲੀਡਰ ਹੈ ਇਹਨਾਂ ਨੂੰ ਆਕਲ ਲੈਣੀ ਚਾਹੀਦੀ ਹੈ ਵੀ ਤੁਸੀਂ ਗੱਲ-ਗੱਲ ਤੇ ਸੌਹਾ ਖਾਨੇ ਹੋ ਨਾ ਤੁਹਾਡਾ ਹਾਲ ਕੈਪਟਨ ਬ੍ਰਿੰਦਰ ਸਿੰਘਾਲਾ ਹੋਊਗਾ ਬੰਦੇ ਦੇ ਪੁੱਤ ਬਣ ਜੋ ਇਹ ਗੁਰੂ ਨੂੰ ਖੇਡ ਨਾ ਜਾਣੋ ਕੁਰਬਾਨੀ ਚ ਬੜੀ ਤਾਕਤ ਹੈ ਇੱਕ ਗਰੀਬ ਨੂੰ ਦੇਖੋ ਮੁੱਖ ਮੰਤਰੀ ਬਣਾਤਾ ਲੋਕ ਤਾਂ ਚਲੋ ਕਿਸੇ ਤੇ ਵੀ ਖੁਸ਼ ਨਹੀਂ ਮਨ ਜਿੱਤਿਆ ਜਗ ਜਿੱਤ ਜੀ ਨੇ ਮਨ ਜਿੱਤ ਲਿਆ ਜਗ ਜਿੱਤ ਲਿਆ ਪਰ ਜੋ ਓਵਰਆਲ ਚੰਨੀ ਜੀ ਦੀ ਪਰਫਾਰਮੈਂਸ ਆ ਰੀਅਲੀ ਹੀ ਇਸ ਡੂਇੰਗ ਵੈਰੀ ਗੁੱਡ ਵਰਕ ਜੇ ਅੱਜ ਦੀ ਪਰਫਾਰਮੈਂਸ ਦੀ ਗੱਲ ਕਰੀਏ ਪਰ ਜਿਵੇਂ ਸਮਾਂ ਬਹੁਤ ਘੱਟ ਰਹਿ ਗਿਆ ਬਾਬਾ ਜੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਕਿਉਂਕਿ ਵਾਅਦੇ ਵੱਡੇ ਨੇ ਹੁਣ ਜੋ ਕੈਪਟਨ ਨੇ ਵਾਅਦੇ ਕੀਤੇ ਨੇ ਚੰਨੀ ਨੂੰ ਪੂਰੇ ਕਰਨੇ ਪੈਣੇ ਨੇ ਫਿਰ ਕਿਵੇਂ ਹੋਣਗੇ ਜੀ ਉਹ ਚੰਨੀ ਕੋਸ਼ਿਸ਼ ਤਾਂ ਕਰ ਰਿਹਾ ਨਾ ਪਰ ਜਿਹੜੀ ਅੱਜ ਦੀ ਪਰਫਾਰਮੈਂਸ ਆ ਕੱਲ ਕਿਸੇ ਨੇ ਦੇਖਿਆ ਨਹੀਂ ਕੱਲ ਦਾ ਨਾਉ ਤਾਂ ਕਾਲ ਹੈ ਪਰ ਅੱਜ ਦੀ ਪਰਫਾਰਮੈਂਸ ਤਾਂ ਇੱਕ ਨੰਬਰ ਆ ਚੰਨੀ ਸਾਹਿਬ ਦੀ ਜਿਵੇਂ ਸਕਿਉਰਟੀ ਘਟਾਤੀ ਲੋਕਾਂ ਨੂੰ ਰਾਤ ਨੂੰ ਕਿਤੇ ਮਿਲ ਰਿਹਾ ਕਿਤੇ ਵੀ ਵੀ ਅੱਜ ਲੋਕ ਕਹਿੰਦੇ ਨੇ ਕੰਮ ਹੋਵੇ ਨਾ ਹੋਵੇ ਪਰ ਸਾਨੂੰ ਲੀਡਰ ਜਿਹੜਾ ਸਾਡਾ ਚੁਣਿਆ ਸਾਨੂੰ ਪਿਆਰ ਨਾਲ ਮਿਲੇ ਗਲ ਬੱਕੜੀ ਚ ਲੈ ਕੇ ਮਿਲੇ ਵੀ ਕਹਿਣ ਤੋਂ ਭਾਵ ਕੰਮ ਹੋਵੇ ਨਾਲੋਂ ਵੱਧ ਇੱਕ ਡੀਲਿੰਗ ਹੋਵੇ ਵਧੀਆ ਡੀਲਿੰਗ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਚੰਨੀ ਸਾਹਿਬ ਦੀ ਹੁਣ ਕਈ ਰਜਵਾੜੇ ਲੋਕ ਨਾ ਕੈਪਟਨ ਸਾਹਿਬ ਦੀ ਡੀਲਿੰਗ ਨੂੰ ਕਿਵੇਂ ਦੇਖਦੇ ਸੀ ਤੁਸੀਂ ਕੈਪਟਨ ਸਾਹਿਬ ਦੀ ਡੀਲਿੰਗ ਤਾਂ ਭਾਈ ਜ਼ੀਰੋ ਹੀ ਸੀ ਜੀ ਜਿਹੜਾ 2002 ਤੋਂ 2007 ਵਾਲਾ ਕੈਪਟਨਸੀ ਉਹ ਨਜ਼ਰ ਨਹੀਂ ਆਇਆ ਅੰਤ ਜਿਹੜਾ ਉਹ ਬੁਰਾ ਹੀ ਹੋਇਆ ਜੇ ਡੀਲਿੰਗ ਵਧੀਆ ਨਹੀਂ ਸੀ ਆਪਦੇ ਮੰਤਰੀਆਂ ਨੂੰ ਨਹੀਂ ਸੀ ਮਿਲਣਾ ਐ ਐਮਐਲਆ ਨੂੰ ਨਹੀਂ ਸੀ ਮਿਲਣਾ ਤੇ ਫਿਰ ਹਾਲ ਵੀ ਦੇਖ ਲਓ ਤੁਸੀਂ ਲੀਡਰ ਉਹ ਹੈ ਜਿਹੜਾ ਲੋਕਾਂ ਚ ਵਿਚਰੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਜਰੀਏ ਸਾਡਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਕੈਪਟਨ ਬ੍ਰਿੰਦਰ ਸਿੰਘ ਦਾ ਪਰਿਵਾਰ ਇੱਥੇ ਆਉਂਦਾ ਸਾਰਿਆਂ ਦੇ ਆਉਂਦੇ ਨੇ ਤੁਹਾਨੂੰ ਪਤਾ ਪਰ ਸਾਡੀ ਇੱਕ ਬੇਨਤੀ ਆ ਵੋਟਾਂ ਉਹਨਾਂ ਨੂੰ ਪਾਇਆ ਕਰੋ ਜਿਹੜੇ ਤੁਹਾਡੇ ਦੁੱਖ ਸੁੱਖ ਚ ਸ਼ਰੀਕ ਹੋਣ ਜਿਹੜੇ ਤੁਹਾਡੇ ਗੱਲ ਸੁਣਨ ਜਿਹੜੇ ਵੋਟਾਂ ਲੈ ਕੇ ਤੁਹਾਡਾ ਫੋਣੇ ਨਾ ਚੱਕਣ 5 ਸਾਲਾਂ ਬਾਅਦ ਹੋਣ ਇਦਾਂ ਦੇ ਲੀਡਰਾਂ ਨੂੰ ਵੜਨ ਨਾ ਦਿਓ ਸਾਡੀ ਤਾਂ ਬੇਨਤੀ ਆ ਤੁਹਾਡੇ ਚੈਨਲ ਜਰੀਏ ਬਿਲਕੁਲ ਬਾਬਾ ਜੀ ਬਸ ਇਹ ਵੀ ਕਿਹਾ ਜਾਂਦਾ ਕਿ ਚਾਹੇ ਦੁੱਖ ਸੁੱਖ ਚ ਵੀ ਸ਼ਰੀਕ ਨਾ ਹੋਣਾ ਪਰ ਸੂਬੇ ਦਾ ਭਲਾ ਕਰਨਾ ਸੂਬੇ 'ਚ ਸਹੂਲਤਾਂ ਦੇਣਾ ਸੂਬੇ 'ਚ ਸਿਹਤ ਸਹੂਲਤਾਂ ਨੇ ਜਾਂ ਸਿੱਖਿਆ ਦੀਆਂ ਸਹੂਲਤਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਕਿਤੇ ਨਾ ਕਿਤੇ ਐਵੇਂ ਦਾ ਵੀ ਇੱਕ ਜੇ ਲੀਡਰ ਲੋਕਾਂ ਦੇ ਘਰੇ ਜਾਈ ਜਾਂਦਾ ਉਹ ਘਰ ਤੱਕ ਇਹ ਸੀਮਤਾ ਵੀ ਆਪਦੇ 5 ਸਾਲ ਲਈ ਗੁਜ਼ਾਰ ਗਿਆ ਜੀ ਕਿਤੇ ਇੱਕ ਨੇ ਸਾਰਾ ਸਿਸਟਮੇ ਬਦਲਤਾ ਕਿਵੇਂ ਦਾ ਲੱਗਦਾ ਤੁਹਾਨੂੰ ਸਹੂਲਤਾ ਵੀ ਦੇਣ ਦੇਖੋ ਵੀ ਲੋਕਾਂ ਦੇ ਦੁੱਖ ਸੁੱਖ ਚ ਵੀ ਸ਼ਰੀਕ ਹੋਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਚ ਜਾਂਦੇ ਹੁੰਦੇ ਉਦੋਂ ਤਾਂ ਵੱਡੇ ਨਹੀਂ ਇਹ ਠੀਕ ਹੈ ਉਦੋਂ ਤਾਂ ਵੱਡੇ ਨਹੀਂ ਇਹ ਕਿੱਡਾ ਧਰਮੀ ਰਾਜਾ ਹੋਇਆ ਸੋ ਇਸ ਕਰਕੇ ਦੁੱਖ-ਸ਼ੁੱਖ ਚ ਵੀ ਸ਼ਰੀਕ ਹੋਣਾ ਚਾਹੀਦਾ ਬਿਲਕੁਲ ਜੀ ਵੈਸੇ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਗੱਲ ਕਰਦੇ ਆਂ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਲੋਕਾਂ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਗੁਟਕਾ ਸਾਹਿਬ ਦੀ ਸੌਂ ਖਾਓ ਉਹਨਾਂ ਨੇ ਆਪਣੇ ਆਪ ਪਤਾ ਨਹੀਂ ਕਿਹਨੇ ਕਿਹਾ ਕਿਸੇ ਨੇ ਸਲਾਹ ਕਰਨੇ ਕਿਹਾ ਤਾਂ ਵੀ ਐ ਕਰੋ ਜੀ ਗੁਟਕਾ ਸਾਹਿਬ ਦੀ ਸੌਂ ਖਾ ਲੋ ਕਿਉਂਕਿ ਇਲੈਕਸ਼ਨ ਚ ਜੋ ਵੀ ਵਾਅਦੇ ਹੁੰਦੇ ਨੇ ਆਪਾਂ ਨੂੰ ਨਹੀਂ ਲੱਗਦਾ ਕਿ ਉਹ ਵਾਅਦੇ ਹਰੇਕੇ ਪੂਰਾ ਕਰ ਜੂ ਕਿਉਂਕਿ ਜਦੋਂ ਵੋਟਾਂ ਲੈਣੀਆਂ ਹੁੰਦੀ ਨੇ ਕਿਤੇ ਨਾ ਕਿਤੇ ਝੂਠ ਤੂਫਾਨ ਬੋਲਿਆ ਵੀ ਜਾਂਦਾ ਜੀ ਕੈਪਟਨ ਅਮਰਿੰਦਰ ਨੂੰ ਲੋਕਾਂ ਨੇ ਨਹੀਂ ਸੀ ਕਿਹਾ ਪਰ ਕੁਰਸੀ ਕੁਰਸੀ ਕਰਕੇ ਖਾਦੀ ਤੇ ਉਸੇ ਗੁਰੂ ਨੇ ਕਲਾ ਵਰਤਾ ਕੇ ਉਹਨੂੰ ਲਾ ਕੇ ਸੁੱਟਤਾ ਇਹ ਇੰਨੀ ਬੇਇੱਜ਼ਤੀ ਹੋਈ ਐ ਉਹ ਤਾਂ ਯਾਰ ਚਪੜਾਸੀ ਵਾਲਾ ਕੰਮ ਹੋ ਗਿਆ ਵਿਚਾਰਾ ਚਪੜਾਸੀ ਵਾਂਗੂ ਮਾਰਿਆ ਲਾ ਕੇ ਵੀ ਆਈ ਨਹੀਂ ਤਾਂ ਕਿਸੇ ਦੀ ਇਨਸਲਟ ਨਹੀਂ ਹੋਈ ਜਿੰਨੀ ਕੈਪਟਨ ਸਾਹਿਬ ਦੀ ਹੋਈ ਆ ਉਹਨਾਂ ਨੂੰ ਤਾਂ ਪਹਿਲਾਂ ਤਾਂ ਦੇਖੋ ਕਹਿੰਦੇ ਸੀ ਮੇਰੀ ਲਾਸਟ ਇਲੈਕਸ਼ਨ ਐ ਇੱਕ ਤਾਂ ਐ ਬੜਾ ਕਹਿੰਦੇ ਨੇ ਇਹ ਹੁਣ ਕਹਿੰਦੇ ਮੈਂ ਲੜੂੰਗਾ ਉਹ ਹੁਣ ਤਾਂ ਤੁਸੀਂ ਨਾਮ ਜਪੋ 80 ਸਾਲ ਦੀ ਉਮਰ ਹੋ ਗਈ ਹੁਣ ਅੱਗਾ ਨੇੜੇ ਆ ਗਿਆ ਦੇਖ ਫਰੀਦਾ ਜੋਥੀ ਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਪਿੱਛਾ ਤਾਂ ਦੂਰ ਰਹਿ ਗਿਆ ਕੈਪਟਨ ਸਾਹਿਬ ਨਾਮ ਜਪੋ ਸਿਮਰਨ ਕਰੋ ਹੁਣ ਤੁਸੀਂ ਫੇਰ ਸੁਪਨੇ ਦੇਖੀ ਜਾਂਦੇ ਹੋ ਹੁਣ ਮੁਸ਼ਕਲ ਹੈ ਹੁਣ ਤਾਂ ਸਗੋਂ ਪਰਿਵਾਰ ਦਾ ਵੀ ਔਖਾ ਹੋ ਗਿਆ ਵੀ ਪਰਿਵਾਰ ਨੂੰ ਵੀ ਮਹਾਰਾਣੀ ਸਾਹਿਬ ਲੋਕਾਂ 'ਚ ਵਿਚਰਦੇ ਨੇ ਹੁਣ ਤਾਂ ਸ਼ਾਇਦ ਉਹਨਾਂ ਨੂੰ ਵੀ ਪਾਰਟੀ ਟਿਕਟਾਂ ਦੇਵੇ ਕਿਉਂਕਿ ਕੈਪਟਨ ਹੈ ਕਹਤਾ ਮੈਂ ਆਪ ਵੀ ਮੈਂ ਵਿਕਾਸ ਪਾਰਟੀ ਬਣਾਉਂਗਾ ਹੁਣ ਤੁਸੀਂ ਕੀ ਵਿਕਾਸ ਕਰੋਗੇ ਜੀ 5 ਸਾਲਾਂ ਚ ਕਿੱਥੇ ਸੀ ਤੁਸੀਂ ਜਿੰਨੇ ਜਿੰਨੇ ਮੌਕੇ ਮਿਲੇ ਵੀ ਉਹ ਤਾਂ ਵਿਕਾਸ ਹੋਇਆ ਹ ਹੁਣ ਹੁਣ ਕਿਹੜਾ ਵਿਕਾਸ ਕਰੋਗੇ ਹੁਣ ਤਾਂ ਤੁਸੀਂ ਆਪਦਾ ਰੱਬ ਦਾ ਨਾਮ ਲਓ ਹੁਣ ਤਾਂ ਅੱਗਾ ਆ ਗਿਆ ਨੇੜੇ ਦੇਖੋ 90 90 ਸਾਲ ਦੇ ਹੋ ਕੇ 100 100 ਸਾਲ ਦੇ ਹੋ ਕੇ ਪਤਾ ਨਹੀਂ ਇਹ ਲੋਕ ਕੁਰਸੀ ਚ ਹੈ ਕੀ ਵੀ ਇਹ ਇਹ ਅੰਦਰੋਂ ਬਾਸ਼ਨਾ ਨਹੀਂ ਜਾਂਦੀ ਮਤਲਬ ਅੰਦਰੋਂ ਵੀ ਰੱਬ ਦਾ ਨਾਮ ਲੈ ਲਓ ਸਿਮਰਨ ਕਰ ਲਓ ਤੁਸੀਂ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਮੈਂ ਸਨਿਆਸ ਲੈਣਾ ਹੁਣ ਸਨਿਆਸ ਲੈ ਕੇ ਸਿਮਰਨ ਕਰ ਲੋ ਹੁਣ ਕਿਹੜਾ ਵਿਕਾਸ ਕਰੋਗੇ ਤੁਰਿਆਦਾ ਜਾਂਦਾ ਨਹੀਂ ਹਾਂਜੀ ਬਿਲਕੁਲ ਜੀ ਵੈਸੇ ਬਾਬਾ ਜੀ ਗੱਲ ਕਰਦਾ ਇੱਕ ਬੇਅਦਵੀ ਦਾ ਮਸਲਾ ਬਰਗਾੜੀ ਕਾਂਢ ਦੇ ਮਸਲੇ ਦੀ ਗੱਲ ਕਰਦੇ ਆ ਪਹਿਲਾਂ ਵੀ ਗੱਲਬਾਤ ਇਹੀ ਉੱਠ ਰਹੀ ਸੀ ਕਿ ਕਿਤੇ ਨਾ ਕਿਤੇ ਸਿੱਟਾਂ ਕਹੀ ਬਣੀਆਂ ਜੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਵੀ ਸਿੱਟ ਬਣਾਈ ਉਸ ਤੋਂ ਬਾਅਦ ਸਿੱਟ ਖਾਰਜ ਹੋ ਰਹੀ ਪਰ ਕੰਪਲੀਟ ਨਹੀਂ ਹੋਈ ਤਫਤੀਸ ਪੂਰੀ ਨਹੀਂ ਹੋਈ ਜਦੋਂ ਪੂਰੀ ਹੋਣ ਤੇ ਲੱਗਦੀ ਸੀ ਨਾਲ ਦੀ ਨਾਲ ਉਹਨੂੰ ਰੱਦ ਕਰਨ ਦੇ ਵੀ ਰੱਦ ਕਰ ਤਾਂ ਸਿੱਟ ਚੇਂਜ ਕਰ ਦਿਓ ਜੀ ਕੀ ਲੱਗਦਾ ਤੁਹਾਨੂੰ ਹੁਣ ਵੀ ਲੋਕਾਂ ਦੀ ਇਹੀ ਮੰਗਾ ਕਿ ਸਾਨੂੰ ਇਨਸਾਫ ਮਿਲੇ ਪੂਰੇ ਸਿੱਖਾਂ ਨੂੰ ਇਹ ਮੰਗਾ ਵੀ ਬੇਅਦਬੀ ਕਾਂਡ ਹੋਇਆ ਬਰਗਾੜੀ ਕਾਂਡ ਦੀ ਤਫ਼ਤੀਸ਼ ਹੋਵੇ ਤੇ ਅਸਲੀਅਤ ਸਾਹਮਣੇ ਆਵੇ ਜਿਹੜੀ ਖਟੜਾ ਸਾਹਿਬ ਨੇ ਰਿਪੋਰਟ ਦਿੱਤੀ ਆ ਉਹਦੇ ਵਿੱਚ ਉਹ ਜਿਹੜੇ ਸਿਰਸੇ ਵਾਲੇ ਦੇ ਚੇਲੇ ਫੜੇ ਗਏ ਨੇ ਉਹ ਤਾਂ ਅੰਦਰੇ ਨੇ ਇੱਕ ਨੂੰ ਸੋਦਾ ਲਾਤਾ ਨਾਬੇ ਦੀ ਜੇਲ੍ਹ ਚ ਜਿਹੜਾ ਮੇਨ ਸੀ ਕਹਿੰਦੇ ਲੱਗਿਆ ਨਾ ਸੋਧਾ ਇਨਸਾਫਤਾ ਲਿਆ ਨਾ ਫਿਰ ਖਾਲਸੇ ਨੇ ਆਪਣੇ ਤਰੀਕੇ ਨਾਲ ਜਿਹੜੇ ਆਫੀਸਰਾਂ ਨੇ ਨਹੱਥੇ ਸਿੱਖਾਂ ਤੇ ਗੋਲੀ ਚਲਾਈ ਐ ਉਹ ਆਫੀਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਦੂਜੀ ਗੱਲ ਐ ਹੁਣ ਸਿਰਸੇ ਵਾਲੇ ਦੀ ਲਾ ਲਓ ਤੁਸੀਂ ਜਿਉ ਉਹਨੇ ਪਾਪ ਕਰਮ ਕਰਿਆ ਭੁਗਤ ਰਿਹਾ ਨਾ 40 ਸਾਲ ਦੀ ਕੈਦ ਉਹਨੂੰ ਪਹਿਲਾਂ ਹੋ ਗਈ ਹੋ ਗਈ ਨਾ ਘੱਟੋ ਘੱਟ 20 ਸਾਲ ਦੀ ਕੈਦ ਰਣਜੀਤ ਕਤਲ ਮਾਮਲੇ 'ਚ ਹੋ ਜੂ 60 ਸਾਲ ਦੀ ਹੋਗੀ ਉਦੋਂ ਬਾਅਦ 400 ਸਾਧੂਆਂ ਨੂੰ ਨਪੁੰਸ਼ਕ ਬਣਾਇਆ ਉਹਨੇ ਨਮਰਦ ਬਣਾਇਆ ਉਸ ਦੁਸ਼ਟ ਬੰਦੇ ਨੇ ਆਪਣੀ ਬਾਸ਼ਨਾ ਦੀ ਪੂਰਤੀ ਲਈ 20 ਸਾਲ ਦੀ ਹੋਚ ਹੋ ਜੂ 80 ਸਾਲ ਦੀ ਕੈਦ ਹੋਏ ਇੰਨੇ ਮਰ ਜੂਗਾ ਕੁਦਰਤ ਜਿਹੜੀ ਆ ਨਾ ਜਦੋਂ ਸਰਕਾਰਾਂ ਇਨਸਾਫ ਨਾ ਦੇਣ ਤੇ ਫਿਰ ਕੁਦਰਤ ਆਪਣਾ ਇਨਸਾਫ ਆਪ ਕਰਦੀ ਆ ਜਦੋਂ ਕੁੱਤੀ ਚੋਰਾਣਾ ਰਲਦੀ ਆ ਜਦੋਂ ਸਰਕਾਰਾਂ ਇਹੋ ਜਿਹੇ ਬਲਾਤਕਾਰੀਆਂ ਨਾਲ ਰਲ ਜਾਣ ਇਹੋ ਜਿਹੇ ਕਰਪਟ ਲੋਕਾਂ ਨਾਲ ਰਲ ਜਾਣ ਤਾ ਫੇਰ ਕੁਦਰਤ ਇਨਸਾਫ ਕਰਦੀ ਆ ਕੁਦਰਤ ਨੇ ਇਨਸਾਫ ਕਰਤਾ ਆ ਸਿਰਸੇ ਵਾਲਾ ਜੇਲ੍ਹ ਚ ਬੈਠਾ ਉਹਦਾ ਜਿਹੜਾ ਬਿੱਟੂ ਸੀਗਾ ਉਹ ਇੱਥੇ ਸਿੰਘਾ ਨੇ ਸੋਧਤਾ ਜਿਹੜੇ ਬਾਕੀ ਦੇ ਚੇਲੇ ਨੇ ਉਹਦੇ ਉਹ ਜੇਲ੍ਹ ਚ ਬੈਠੇ ਨੇਗੇ ਬਾਕੀ ਜਿਹੜੇ ਆਫੀਸਰ ਨੇ ਜਿਵੇਂ ਚਰਨਜੀਤ ਸ਼ਰਮਾ ਜਾਂ ਹੋਰ ਉਮਰਾਂ ਅੰਗੜਾ ਬਚਦੇ ਇਹ ਵੀ ਨਹੀਂ ਤੁਸੀਂ ਯਾਦ ਰੱਖਿਓ ਕੁਦਰਤ ਦੀ ਚੱਕੀ ਹੌਲੀ ਚੱਲਦੀ ਆ ਪਰ ਬਰੀਕ ਪੀਸਦੀ ਆ ਹਾ ਵੱਡੇ ਵੱਡੇ ਰਾਜਿਆਂ ਦੇ ਰਾਜ ਤੁਹਾਡੇ ਸਾਹਮਣੇ ਕੈਪਟਨ ਦਾ ਰਾਜ ਨਹੀਂ ਰਿਹਾ ਇਹ 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 ਚਰਨਜੀਤ ਸ਼ਰਮਾ ਸ਼ੁਰਮੇ ਖੇੜੇ ਬਾਗ ਦੀ ਮੂਲੀ ਨੇ ਜਿਨ੍ਹਾਂ ਨੇ ਗੋਲੀ ਚਲਾਈ ਆ ਸੰਗਤਾਂ ਨੂੰ ਇੱਕ ਬੇਨਤੀ ਹੈ ਖਾਲਸਾ ਪੰਥ ਦੇ ਵਿੱਚ ਗਰਾਬਟ ਆ ਗਈ ਆ ਆਪਾਂ ਨਿੱਤ ਨੇਮ ਛੱਡ ਗਏ ਸਕੂਲਾਂ ਕਾਲਜਾਂ 'ਚ ਬੱਚੇ ਲਾਤੇ ਉੱਥੇ ਬੱਚਿਆਂ ਨੂੰ ਨੱਚਣ ਗਾਉਣ ਦਾ ਕੋਚਿੰਗ ਦਵਾ ਰਹੇ ਆ ਆਪਾਂ ਨਚਾਰ ਬਣਾ ਰਹੇ ਆ ਆਪਣੇ ਬੱਚਿਆਂ ਨੂੰ ਆਪਾਂ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ ਘਰਾਂ 'ਚ ਬਾਣੀ ਪੜ੍ਹੀਏ ਬਾਣੀ ਪੜਨ ਬਿਨਾ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਨਿਰੀਆਂ ਪੁਰੀਆਂ ਗੱਲਾਂ ਕਰਨ ਦੇ ਨਾਲ ਸੰਤ ਜਰਨੈਲ ਸਿੰਘ ਨੂੰ ਕਿਸੇ ਨੇ ਪੁੱਛਿਆ ਖਾਲਿਸਤਾਨ ਕਦੋਂ ਬਣੂ ਸੰਤ ਕਹਿੰਦੇ ਜਦੋਂ ਆਪ ਆਪ ਖਾਲਸੇ ਬਣ ਗਏ ਉਦੋਂ ਬਣੂ ਅਜੇ ਆਪ ਆਪੇ ਨਹੀਂ ਖਾਲਸੇ ਕਿੰਨੇ ਕਿਨੇ ਜਿਹੜੇ ਪੰਜ ਬਾਣੀਆਂ ਦਾ ਅਮਰਤ ਵੇਲੇ ਨਿਤਨੇਮ ਕਰਦੇ ਆ ਕਿੰਨੇ ਕੁ ਰਹਿ ਰਾਸ ਦਾ ਨਿਤਨੇਮ ਕਰਦੇ ਆ ਇੱਕ ਜਪਜੀ ਦਾ ਪਾਠ ਨਹੀਂ ਕਰਨਾ ਗੱਲਾਂ ਖਾਲਸਾ ਰਾਜ ਦੀਆਂ ਖਾਲਸਾ ਰਾਜ ਹੋਵੇਗਾ ਅਵਸ਼ ਹੋਵੇਗਾ ਮਹਾਪੁਰਖਾਂ ਦੇ ਬਚਨ ਹੈ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਰ ਜਦੋਂ ਆਪਾਂ ਆਪ ਖਾਲਸਾਏ ਬਣ ਗਏ ਨਾ ਉਸੇ ਦਿਨ ਖਾਲਸਾ ਰਾਜ ਇੱਥੇ ਹੋ ਜਾਊਗਾ ਬਾਕੀ ਕੁਦਰਤ ਨੇ ਤਾਂ ਦੇਖੋ ਬਖਸ਼ਿਆ ਨਹੀਂ ਕੋਈ ਔਰੰਗੇ ਨੂੰ ਸਜ਼ਾ ਦਿੱਤੀ ਵੱਡੇ ਵੱਡਿਆਂ ਜ਼ਾਲਮਾਂ ਨੂੰ ਇਹ ਕਿਹੜੇ ਬਾਗ ਦੀ ਮੂਲੀ ਨੇਗੇ ਜੇ ਕੈਪਟਨ ਨੇ ਇਨਸਾਫ ਨਹੀਂ ਕਰਿਆ ਕੈਪਟਨ ਮਾਰਿਆ ਲਾ ਕੇ ਹੁਣ ਅਸੀਂ ਚੰਨੀ ਸਾਹਿਬ ਨੂੰ ਕਹਾਂਗੇ ਜਿਹੜਾ ਕੰਮ ਰਹਿੰਦਾ ਉਹ ਤੁਸੀਂ ਪੂਰਾ ਕਰੋ ਕਿਉਂਕਿ ਲੋਕਾਂ ਨੂੰ ਤੁਹਾਡੇ ਤੇ ਆਸ ਬਹੁਤ ਆ ਚੰਨੀ ਸਾਹਿਬ ਬਿਲਕੁਲ ਵੱਡਾ ਵੱਡਾ ਮਸਲਾ ਬੇਅਦਬੀ ਦਾ ਮਸਲਾ ਜਦੋਂ ਗੱਲਬਾਤ ਸਾਹਮਣੇ ਆਉਂਦੀ ਹੈ ਕੋਈ ਮੁੱਦਿਆਂ ਦੀ ਗੱਲ ਆਉਂਦੀ ਹੈ ਕੋਈ ਇਨਸਾਫ ਦੀ ਗੱਲ ਆਉਂਦੀ ਹੈ ਤਾਂ ਬਰਗਾੜੀ ਕਾਂਡ ਸਭ ਤੋਂ ਪਹਿਲਾਂ ਆਉਂਦਾ ਕੀ ਕਹੋਗੇ ਨਵੇਂ ਬਣੇ ਮੁੱਖ ਮੰਤਰੀ ਪੰਜਾਬ ਨੂੰ ਕਿ ਬਰਗਾੜੀ ਕਾਂਡ ਦੀ ਜਾਂਚ ਪੂਰੀ ਨਿਰਪੱਖ ਹੋਵੇ ਅਤੇ ਲੋਕਾਂ ਦੇ ਸਾਹਮਣੇ ਆਵੇ ਬਿਲਕੁਲ ਜਿਹੜੇ ਦੋਸ਼ੀ ਨੇਣਾ ਜਿਨੇ ਬੇਅਦਬੀ ਕਰਾਈ ਹੈ ਜਾਂ ਜਿਨੇ ਬੇਅਦਬੀ ਕੀਤੀ ਹੈ ਸੱਚੇ ਪਾਤਸ਼ਾਹ ਉਹਦਾ ਕੱਖ ਨਾ ਰਹੇ ਉਹਦੀ ਕੁੱਲ ਦਾ ਨਾਸ਼ ਹੋ ਜਾ ਉਹਦਾ ਬੇੜਾ ਗਰਕ ਹੋ ਜਾ ਸੱਚੇ ਪਾਤਸ਼ਾਹ ਉਹ ਦੋਸ਼ੀ ਸਾਹਮਣੇ ਆਉਣ ਸਾਡੇ ਕੌਣ ਨੇ ਉਹ ਇਹ ਕਿਉਂਕਿ ਦੇਖੋ ਹੁਣ ਲੋਕ ਵੀ ਕਹਿਣਗੇ ਕਾਂਗਰਸ ਵਾਲਿਆਂ ਨੂੰ ਵੀ ਛੋਡੀ ਸਰਕਾਰ ਸੀ ਤੁਸੀਂ ਮਸਲਾ ਹੱਲ ਕਿਉਂ ਨਹੀਂ ਕਰਿਆ ਕੀ ਤੁਸੀਂ ਫੇਰ ਵਰ ਗਾੜੀ ਦਾ ਮੁੱਦਾ ਲੈ ਕੇ ਜਾਓਗੇ 2022 ਚ ਲੋਕ ਜੁੱਤੀਆਂ ਨਹੀਂ ਮਾਰਨਗੇ ਤੁਹਾਡੇ ਵੀ ਤੁਸੀਂ ਛੋਡੀ ਸਰਕਾਰ ਸੀ ਫਿਰ ਹੱਲ ਕਿਉਂ ਨਹੀਂ ਕਰਿਆ ਕਿਹੜੇ ਮੂੰਹ ਬੇਅਦਬੀ ਦਾ ਮੁੱਦਾ ਲੈ ਕੇ ਜਾਓਗੇ ਤੁਸੀਂ ਲੋਕਾਂ ਨੇ ਸਵਾਲ ਕਰਨਾ ਹੈ ਨਾ ਵੀ ਛੋਡੀ ਸਰਕਾਰ ਸੀ ਜਿਵੇਂ ਹੁਣ ਸਿਰਸੇ ਵਾਲੇ ਦਾ ਨਾਂ ਆਉਂਦਾ ਵਿੱਚ ਉਹਦੇ ਜੁੱਤੀਆਂ ਮਾਰ ਕੇ ਲੈ ਕੇ ਆ ਉਹ ਉਹਨੂੰ ਚੱਕ ਕੇ ਇੱਥੇ ਇੱਥੇ 76 ਫੇਰ ਉਹ ਆਪੇ ਮੰਨੂਗਾ ਉਹ ਵੀ ਉਹਦੇ ਚੇਲੇ ਚਾਟੜੇ ਹੁਣ ਜੇ ਅਕਾਲੀ ਸਰਕਾਰ ਵੇਲੇ ਕਹਿੰਦੇ ਨੇ ਬਿਆਦਵੀ ਹੋਈ ਆ ਹੁਣ ਕੀ ਬਿਆਦਵੀ ਦੀਆਂ ਘਟਨਾ ਰੁਕ ਗਈਆਂ ਹੁਣ ਤਾਂ ਅਕਾਲੀ ਸਰਕਾਰ ਹੈ ਨਹੀਂ ਬਿਲਕੁਲ ਆਪਣੇ ਨੇੜੇ ਦਿੱਤੂਪੁਰ ਚ ਪਿਛਲੇ ਦਿਨੀ ਘਟਨਾ ਵਾਪਰੀ ਜੀ ਕਿਵੇਂ ਦੇਖਦੇ ਹੋ ਬਰਗਾੜੀ ਬੇਅਦਬੀ ਤੋਂ ਬਾਅਦ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀ ਨੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਤਾਂ ਜੀ ਮੰਦਬੁੱਧੀ ਆ ਇਹ ਤਾਂ ਜੀ ਮੈਂਟਲ ਆ ਇਹ ਅਪਸੈਟ ਆ ਇਹ ਕੀ ਲੱਗਦਾ ਤੁਹਾਨੂੰ ਕਿਵੇਂ ਦੀਆਂ ਗੱਲਬਾਤ ਸਾਹਮਣੇ ਆ ਰਹੀਆਂ ਨੇ ਇਹ ਏਜੰਸੀਆਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਇਹ ਏਜੰਸੀਆਂ ਹੀ ਕਿਸੇ ਨਾ ਕਿਸੇ ਬੰਦੇ ਨੂੰ ਕਮਜ਼ੋਰ ਨੂੰ ਖਰੀਦ ਲਾਂਦੀਆਂ ਨੇ ਪੈਸੇ ਦਿੰਦੀਆਂ ਨੇ ਉਹ ਬੰਦਾ ਸਾਜ਼ਿਸ਼ ਅਧੀਨ ਗਿਆ ਜਿਹੜਾ ਦਿੱਤੂਪੁਰ ਗਿਆ ਉਦੋਂ ਵੱਡੇ ਖੁਸਰੇ ਉਹ ਨੇ ਜਿਹੜੇ 15 ਬੰਦੇ ਬੈਠੇ ਸੀ 15 ਬੰਦਿਆਂ ਐਂ ਦੇਖ ਰਹੇ ਨੇ ਉਹਨੂੰ ਆਏ ਵੀ ਆ ਰਿਹਾ ਉਹਦੇ ਉਹਨੂੰ ਕਿਉਂ ਨਾ ਬਾਹਰੇ ਕੱਢਿਆ ਮਾਰਾ ਦੇ ਤਾਬੇ ਚੜਿਆ ਗ੍ਰੰਥੀ ਬੈਠਾ ਉੱਠ ਕੇ ਉਹਨੂੰ ਧੱਕਾ ਨਹੀਂ ਸੀ ਮਾਰ ਸਕਦਾ ਸਿਰ ਇੱਕ ਬਾਹ ਵਾਲਾ ਟੁੰਡਾ ਬਿਆਦਵੀ ਕਰ ਗਿਆ ਜੇ ਦੋ ਬਾਹਾਂ ਹੁੰਦੀਆਂ ਕੀ ਕਰਦਾ ਉਹ ਉਹਨੇ ਕਿਰਪਾਨ ਚੱਕ ਲਈ ਫਿਰ ਮੌਜ ਨਾਲ ਜਾ ਰਿਹਾ ਕੁਝ ਨਹੀਂ ਕਰਿਆ ਕਿਸੇ ਨੇ ਉਦੋਂ ਵੱਡੇ ਤਾਂ ਉਹ ਖੁਸਰੇ ਨੇ ਜਿਹੜੇ ਉੱਥੇ ਬੈਠੇ ਸੀਗੇ ਉਹਦੇ ਉੱਥੇ ਛੱਤਰ ਕਿਉਂ ਨਾ ਫੇਰਿਆ ਉਸੇ ਟਾਈਮ ਸਾਡਾ ਉਹਨਾਂ ਨੂੰ ਸਵਾਲ ਹੈ ਬਿਲਕੁਲ ਜ਼ਿੰਮੇਵਾਰੀ ਸੀ ਉੱਥੇ ਬੈਠੇ ਸੀ ਕਿੰਨੇ ਗਿਣਤੀ ਚ ਵੱਧ ਸੀ ਸੰਗਤ ਆ ਰਹੀ ਸੀ ਹੋਰ ਵੀ ਕਿੰਨੇ ਲੋਕ ਸੀ ਉੱਥੇ ਵੀ ਕਿਤੇ ਨਾ ਕਿਤੇ ਸਵਾਲ ਹੀ ਆ ਚ ਨੇ ਤਾਂ ਉੱਥੇ ਵੀ ਆਉਂਦਾ ਵੀ ਕੋਈ ਸੁਰੱਖਿਆ ਨਾਮ ਦੀ ਚੀਜ਼ ਹੈ ਹੀ ਨਹੀਂ ਸੀ ਉੱਥੇ ਬਿਲਕੁਲ ਜੀ ਗੁਰੂ ਘਰਾਂ ਚ ਆਪਣਾ ਪਹਿਰਾ ਆਪ ਦਿਓ ਸ਼ਾਸਤਰਧਾਰੀ ਹੋਵੋ ਇਹ ਲੋਕ ਤਾਂ ਇਹੋ ਜਿਹੇ ਨੇ ਜੀ ਕਈ ਵਾਰੀ ਹੁਣ ਜੇ ਮੈਂ ਅਸੀਂ ਪਹਿਲੇ ਦਿਨੋਂ 22 ਸਾਲਾਂ ਤੋਂ ਦਮਦਮੀ ਟਕਸਾਲ ਨਾਲ ਸੰਬੰਧ ਹੈ ਅਸੀਂ ਤਾਂ ਸ਼ਾਸਤਰ ਬਣਾ ਤੁਰਦੇ ਨਹੀਂ ਗਾਤਰੇ ਪਾ ਕੇ ਰੱਖਦੇ ਆ ਇਹ ਲੋਕ ਨੇ ਆਪ ਕੁਛ ਕਰਨਾ ਨਹੀਂ ਸਾਡੇ ਵਰਗਿਆਂ ਤੇ ਵੀ ਸਵਾਲ ਚੱਕਦੇ ਨੇ ਲਓ ਜੀ ਬਾਬਿਆਂ ਨੂੰ ਹਥਿਆਰਾਂ ਦੀ ਕੀ ਲੋੜ ਐ ਹੋਰ ਬਾਬੇ ਕਟਸ਼ੀਆਂ ਚੱਕ ਲੈਣ ਜੇ ਤੁਹਾਡੇ ਕੋਲੇ ਸ਼ਸਤਰ ਹੋਣਗੇ ਬੇਅਦਬੀ ਕਰ ਜੂਗਾ ਕੋਈ ਆਪਣੇ ਗੁਰਦੁਆਰਿਆਂ 'ਚ ਆਪ ਪਹਿਰਾ ਲਾਓ ਆਉਣ ਦਾ ਸਪੋਰਟ ਉਹਨੂੰ ਫੜੋ ਉਹਦੇ ਛੱਤਰ ਫੇਰ ਤੇ ਫੇਰ ਉਹਨੂੰ ਪੁਲਿਸ ਦੇ ਹਵਾਲੇ ਕਰ ਦੇ ਉਹ ਤਾਂ ਐਮ ਪੁਰਾਣਿਆਂ ਵਾਂਗੂੰ ਤੁਰਿਆ ਜਾ ਰਿਹਾ ਬੇਅਦਬੀ ਕਰਕੇ 15 ਬੰਦੇ ਦਿੱਤੂਪੁਰ ਦੇ ਬੈਠੇ ਨੇ ਕੀ ਗੱਲ ਉਹ ਫੜ ਨਾ ਸਕੇ ਉਹਨੂੰ ਪਹਿਲੀ ਰੋਕ ਦੇ ਗੇਟ ਤੇ ਇਹ ਦੋਸ਼ੀ ਉਹ ਵੀ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਉੱਥੇ ਬੈਠੇ ਸੀ 15 ਜਣੇ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਸਿਰਫ ਗੱਲਾਂ ਕਰਨ ਜੋਗੇ ਮਹਿਦ ਚੁਗਲੀਆਂ ਕਰਨ ਜੋਗੀ ਰਹਿ ਗਏ ਆ ਆ ਸੰਸਾਰ ਦੀ ਰੀਤ ਐ ਇੱਕ ਦੂਜੀ ਦੀਆਂ ਲੱਤਾਂ ਖਿੱਚਣ ਜੋਗੇ ਰਹਿ ਗਏ ਸਿੱਖ ਕੌਮ ਦੇ ਵਿੱਚ ਕਰਨਾ ਕੁਛ ਨਹੀਂ ਆ ਬੰਦਾ ਬਿਆਦਬੀ ਕਰਕੇ ਚੱਪਲਾਂ ਲੈ ਕੇ ਮਹਾਰਾ ਦੀ ਹਜ਼ੂਰੀ 'ਚ ਚੜਿਆ ਤੁਸੀਂ 15 ਬੰਦੇ ਤਮਾਸ਼ਾ ਦੇਖ ਰਹੇ ਹੋ ਤੁਸੀਂ ਫੜ ਨਾ ਸਕਿਓ ਉਹਨੂੰ ਵੱਡੇ ਦੋਸ਼ੀ ਉਹ ਨੇ ਜਿਹੜੇ ਉੱਥੇ ਬੈਠੇ ਤਮਾਸ਼ਾ ਦੇਖਦੇ ਸੀ ਬਿਲਕੁਲ ਬਾਬਾ ਜੀ ਕੀ ਕਹੋਗੇ ਸਰਕਾਰ ਨੂੰ ਵੀ ਇਹ ਗੱਲ ਆਖੀ ਜਾਵੇ ਕਿ ਕਿਤੇ ਨਾ ਕਿਤੇ ਕਾਨੂੰਨ ਵੀ ਸਖਤ ਬਣਾਏ ਜਾਣ ਚਲੋ ਉੱਥੋਂ ਚਲੇ ਆ ਗਿਆ ਉਸ ਤੋਂ ਬਾਅਦ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਕਾਨੂੰਨ ਧਰਾਵਾ ਏਸੀਆਂ ਹੋਣ ਕਿ ਦੂਜੇ ਲੋਕ ਡਰਨ ਵੀ ਐਵੇਂ ਦੀ ਕਿ ਜੇ ਘਟਨਾ ਆਪਾਂ ਨੇ ਕਰਤੀ ਤਾਂ ਆਪਾਂ ਨੂੰ ਇਹ ਸਜ਼ਾ ਮਿਲਣੀ ਹੈ ਕਿ ਡਰ ਪਏ ਤਾਂ ਉਹਨਾਂ ਨੂੰ ਹੋਵੇ ਬਿਲਕੁਲ ਜੀ 302 ਲੱਗਣੀ ਚਾਹੀਦੀ ਆ ਪਹਿਲਾਂ ਜਾਂਚ ਹੋਵੇ ਐਵੇਂ ਨਾ ਨਾ ਹੁਣ ਕੋਈ ਤੁਹਾਡੇ ਵਰਗਾ ਮੱਥਾ ਟੇਕਣ ਆਇਆ ਕਈ ਘਟਨਾਵਾਂ ਮੈਂ ਵੈਸੇ ਉਹੀ ਇਲਜ਼ਾਮ ਵੀ ਲੱਗਾ ਪਹਿਲਾਂ ਪੂਰਾ ਸਬੂਤ ਹੋਵੇ ਪੂਰਾ ਸਬੂਤ ਲੈਣ ਤੋਂ ਬਾਅਦ 302 ਦੀ ਘਟਨਾ 302 ਤਾਰਾ ਲੱਗੇ ਕਮ ਸੇ ਕਮ 5-7 ਸਾਲ ਜੇਲ੍ਹ ਚ ਤਾਂ ਕੱਢੇ ਨਾ 10 ਸਾਲ 15 ਸਾਲ ਹਾਂ ਸਟ੍ਰਿਕਟਲੀ ਕਾਨੂੰਨ ਬਣਾ ਚਾਹੀਦਾ ਠੀਕ ਹੈ ਠੀਕ ਹੈ ਹਾਂਜੀ ਤੇ ਬਾਕੀ ਸਰਕਾਰ ਦੀ ਕਾਰਗੁਜ਼ਾਰੀ ਤੇ ਗੱਲ ਸ਼ੁਰੂ ਕੀਤੀ ਸੀ ਆਪਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਨੇ ਤੁਸੀਂ ਕਹਿ ਰਹੇ ਹੋ ਕਿ ਪੋਜ਼ਿਟਿਵ ਨਹੀਂ ਇੱਕ ਵਾਰ ਪੋਜ਼ਿਟਿਵ ਦੇਖਣ ਨੂੰ ਮਿਲੇ ਤੇ ਹੁਣ ਚਲੋ ਹਾਲਾਤ ਆਉਣ ਵਾਲੇ ਦੱਸਣਗੇ ਵੀ ਕਿਵੇਂ ਕਾਂਗਰਸ ਪਾਰਟੀ ਦੀ ਬੇੜੀ ਚਬੱਟੇ ਤਾਂ ਨਹੀਂ ਪਹਿਣਗੇ ਜਾਂ ਕਿਵੇਂ ਦਾ ਸਿਸਟਮ ਹੋਊਗਾ ਕਿਉਂਕਿ ਇੱਕ ਵਾਰੀ ਆਮ ਆਦਮੀ ਪਾਰਟੀ ਤਾਂ ਡਾਊਨ ਕਰਤੀ ਚਰਨਜੀਤ ਸਿੰਘ ਚੰਨੀ ਨੇ ਕਿਵੇਂ ਲੱਗਦਾ ਤੁਹਾਨੂੰ ਬਿਲਕੁਲ ਇੱਕ ਹੋਰ ਵੀ ਦੇਖਿਆ ਅਮਨ ਜੀ ਜਦੋਂ ਦੀ ਨਾ ਆਮ ਆਦਮੀ ਪਾਰਟੀ ਹੋਣ ਚਾਹੀਏ ਇੱਕ ਅਸੀਂ ਗੱਲ ਕਹਾਂਗੇ ਇਹ ਬੇਅਦਬੀ ਦੀਆਂ ਘਟਨਾਵਾਂ ਵੀ ਉਦੋਂ ਦੀਆਂ ਕਿਉਂ ਸ਼ੁਰੂ ਹੋਈਆਂ ਨੇ ਸਾਡਾ ਇੱਕ ਸਵਾਲ ਹੈ ਹੁਣ ਕੇਜਰੀਵਾਲ ਉਰੇ ਗੱਪ ਮਰੀ ਜਾਂਦਾਗਾ ਆ ਕੇ ਮੈਂ ਮਹੱਲਾ ਕਲੀਨਿਕ ਬਣਾਉਂ ਉੱਥੇ ਤਾਂ ਤੇਰੇ ਗਊਆਂ ਤੁਰੀਆਂ ਫਿਰਦੀਆਂ ਨੇ ਦਿੱਲੀ 'ਚ ਉੱਥੇ ਤਾਂ ਦੇਖ ਲੈਣਾ ਤੂੰ ਕੀ ਬਣਾਇਆ ਨਕਲੀ ਨਰੰਕਾਰੀਏ ਦਾ ਚੇਲਾ ਹੈ ਜਿਹੜਾ ਨਕਲੀ ਨਰਕਤਾਰੀਏ ਦੀ ਟੱਕਰ ਸੰਤ ਬਾਬਾ ਜਰਨੈਲ ਸਿੰਘ ਨਾਲ ਰਹੀ ਜਿਹੜੇ ਨਕਲੀ ਨਰਕਤਾਰੀਏ ਨੇ 1978 'ਚ 13 ਸਿੰਘ ਸ਼ਹੀਦ ਕੀਤੇ ਜਿਸ ਨਕਲੀ ਨਰਕਤਾਰੀਏ ਕਰਕੇ 1995 ਤੱਕ ਇੱਥੇ ਪੰਜਾਬ ਅੱਗ 'ਚ ਮੱਚਿਆ ਇਹ ਕੇਜਰੀਵਾਲ ਵੀ ਉਹਦਾ ਚੇਲਾ ਹੈ ਚਰਨਜੀਤ ਚੰਨੀ ਨੇ ਬਹੁਤ ਵਧੀਆ ਗੁੱਡ ਪਰਫਾਰਮੈਂਸ ਦਿੱਤੀ ਹੈ ਇੱਕ ਗੱਲ ਯਾਦ ਰੱਖਿਓ ਕੇਜਰੀਵਾਲ ਕਿਸੇ ਪੰਜਾਬ ਦੇ ਨੂੰ ਮੁੱਖ ਮੰਤਰੀ ਨਹੀਂ ਬਣਾਉਂਦਾ ਆਪ万 ਨੂੰ ਫਿਰਦਾ ਹੈ ਪਰ ਵਾਦਾ ਕਰਕੇ ਗਏ ਨੇ ਕਿ ਮੁੱਖ ਮੰਤਰੀ ਪੰਜਾਬ ਦਾ ਹੋਊਗਾ ਪੰਜਾਬੀ ਚਿਹਰਾ ਹੋਊਗਾ ਬਹੁਤ ਵਾਦੇ ਕਰਦੇ ਨੇ ਜੀ ਵੱਡੇ ਮਹਾਂਪੁਰਖ ਕਿਹਾ ਕਰਦੇ ਬਾਬਾ ਕਰਤਾਰ ਸਿੰਘ ਖਾਲਸਾ ਸਾਰੇ ਤਾਂ ਨਹੀਂ ਮਾੜੇ ਵੈਸੇ ਇਹਨਾਂ ਰਾਜਨੀਤਿਕਾਂ ਦਾ ਕੋਈ ਧਰਮ ਨਹੀਂ ਹੁੰਦਾ ਆ ਐਂ ਤਾਂ ਕੈਪਟਨ ਸਾਹਿਬ ਨੇ ਵੀ ਗੁਟਕਾ ਫੜ ਕੇ ਵਾਦਾ ਕੀਤਾ ਸੀ ਕਿੱਧਰ ਗਏ ਵਾਦੇ ਹਾਂਜੀ ਠੀਕ ਹੈ ਜਨਨ ਕਿ ਝੂਠੀਆਂ ਸੌਹਾਂ ਕਿੱਥੋਂ ਕਿੱਥੇ ਪਹੁੰਚਾ ਦਿੰਦੀਆਂ ਨੇ ਗੱਲਬਾਤ ਉਹੀ ਕੀਤੀ ਆਪਾਂ ਨਦਰੋਂ ਪੁੱਠੀ ਜੇ ਕਰੇ ਸੁਲਤਾਨਾ ਕਾ ਹੋ ਕਰਾਇੰਦਾ ਇੱਕ ਬੇਨਤੀ ਐ ਸਾਰਿਆਂ ਨੂੰ ਵੀ ਝੂਠੀ ਸੌਹਣਾ ਕਿਸੇ ਦੀ ਖਾਲਿਓ ਮਹਾਰਾਜ ਦਾ ਬਚਨ ਐ ਕਿ 52 ਬਚਨਾਂ ਦੇ ਵਿੱਚ ਕਿ ਕਸਮ ਨਹੀਂ ਗੁਰੂ ਦੀ ਸੌਹ ਨਹੀਂ ਖਾਣੀ ਕੈਪਟਨ ਅਮਰਿੰਦਰ ਨੂੰ ਕਿੱਥੇ ਤੋਂ ਕਿੱਥੇ ਪਹੁੰਚਾਤਾ ਆਪਾਂ ਗੱਲ-ਗੱਲ ਤੇ ਗੁਰੂ ਦੀ ਸੌ ਸੌ ਮਹਾਰਾਜ ਦੀ ਸੌ ਬਾਬੇ ਦੀ ਇਹ ਗੱਲਾਂ ਦੇਣੀਆਂ ਪੈਂਦੀਆਂ ਨੇ ਇਹ ਮਹਾਰਾਜ ਨੇ ਤੁਹਾਡੇ ਸਾਹਮਣੇ ਕਰਾਮਾਤ ਦਿਖਾਤੀ ਜਿਹੜੇ ਕਹਿੰਦੇ ਨੇ ਕਰਾਮਾਤ ਨਹੀਂ ਹੁੰਦੀ ਆ ਦੁਸ਼ਟ ਪ੍ਰਚਾਰਕ ਆਇਦੋਂ ਵੱਡੀ ਕਰਾਮਾਤ ਕੀ ਹੋਊਗੀ ਐਡੀ ਐ ਲਾ ਕੇ ਮਾਰਨਾ ਇੱਕ ਬੰਦੇ ਨੂੰ ਚਪੜਾਸੀ ਦੀ ਤਰ੍ਹਾਂ ਐਦੋਂ ਵੱਡੀ ਕਰਾਮਾਤ ਕੀ ਹੋਊ ਐਡੇ ਵੱਡੇ ਰਾਜੇ ਨੂੰ ਬਿਲਕੁਲ ਕਦੇ ਝੂਠੀ ਸੌਣਾ ਖਾਓ ਧਰਮ ਨੂੰ ਰਾਜਨੀਤੀ ਵਾਸਤੇ ਨਾ ਵਰਤੋ ਧਰਮ ਸਿਰ ਦੀ ਪੱਗ ਹੈ ਰਾਜਨੀਤੀ ਪੈਰ ਦੀ ਜੁੱਤੀ ਹੈ ਧਰਮ ਨੂੰ ਅਕਾਲ ਤਖਤ ਦੇ ਦੋ ਨਿਸ਼ਾਨ ਸਾਹਿਬ ਸ਼ਿਸ਼ੋਭਤ ਨੇ ਧਰਮ ਵਾਲਾ ਤਵੱਜ ਉੱਪਰ ਹੈ ਧਰਮ ਨੂੰ ਮੁੱਖ ਰੱਖ ਕੇ ਰਾਜ ਕਰੇ ਜਿਹੜਾ ਕਰੇ ਹਾਂ ਬਾਕੀ ਪੰਜਾਬ ਦੇ ਵਿੱਚੋਂ ਹੀ ਮੁੱਖ ਮੰਤਰੀ ਬਣੇ ਭਾਈ ਜਿਹੜਾ ਮਰਜ਼ੀ ਬਣੇ ਬਾਹਰਲਾ ਮੁੱਖ ਮੰਤਰੀ ਪੰਜਾਬੀਆਂ ਨੂੰ ਪ੍ਰਵਾਨ ਨਹੀਂ ਇਹ ਨਹੀਂ ਵੀ ਕੋਈ ਭਈਆ ਸਾਡੇ ਤੇ ਰਾਜ ਕਰੇ ਅਸੀਂ ਨਹੀਂ ਪ੍ਰਵਾਨ ਕਰਾਂਗੇ ਇਹ ਗੱਲ ਨੂੰ ਬਿਲਕੁਲ ਜੀ ਸੋ ਬਾਬਾ ਸੁਰਜੀਤ ਸਿੰਘ ਣੁੜਕੀ ਵਾਲਿਆਂ ਦਾ ਇਹੀ ਕਹਿਣਾ ਕਿ ਨਵੇਂ ਬਣੇ ਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਜੋ ਕਿ ਕਾਰਗੁਜ਼ਾਰੀ ਉਹਨਾਂ ਦੀ ਠੀਕ ਲੱਗਦੀ ਆ ਪਰ ਬਰਗਾੜੀ ਕਾਂਡ ਤੇ ਪੂਰਾ ਇਨਸਾਫ ਮਿਲੇ ਸਿੱਖਾਂ ਨੂੰ ਪੂਰੇ ਦੇਸ਼ ਦੇ ਦੁਨੀਆ ਚ ਸਿੱਖ ਵਸਦੇ ਨੇ ਉਹ ਬਰਗਾੜੀ ਕਾਂਡ ਦੀ ਤਫ਼ਤੀਸ਼ ਚਾਹੁੰਦੇ ਨੇ ਕਿ ਜੋ ਵੀ ਦੋਸ਼ੀ ਨੇ ਉਸ ਲੱਖਾਂ ਦੇ ਪਿੱਛੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਬ ਦੀ ਸੌ ਖਾਦੀ ਕੀ ਲੋੜ ਪਈ ਸੀ ਸੌ ਖਾਣ ਦੀ ਅਤੇ ਸੌ ਖਾਣ ਦੇ ਇਹ ਨਤੀਜੇ ਸਾਹਮਣੇ ਆਏ ਨੇ ਜੋ ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਉਹਨਾਂ ਨੇ ਵੀ ਮੰਨਿਆ ਕਿ ਬਹੁਤ ਜਲੀਲ ਕਰਕੇ ਅਸਤੀਫਾ ਲਿਆ ਗਿਆ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਕਿਹਾ ਕਿ ਸਾਡੀ ਬਹੁਤ ਵੱਡੀ ਬੇਇੱਜ਼ਤੀ ਹੋਈ ਆ ਕਿਤੇ ਨਾ ਕਿਤੇ ਬਾਬਾ ਜੀ ਨੇ ਵੀ ਇਹੀ ਗੱਲ ਕਹੀ ਆ ਕਿ ਸੌਂ ਖਾਣੀ ਬਹੁਤ ਮਾੜੀ ਗੱਲ ਆ ਕੈਪਟਨ ਅਮਰਿੰਦਰ ਸਿੰਘ ਨੇ ਸੌਂ ਖਾਦੀ ਗੁਟਕਾ ਸਾਹਿਬ ਦੀ ਵਾਦੇ ਪੂਰੇ ਨਹੀਂ ਕੀਤੇ ਤੇ ਹਸ਼ਰ ਅੱਜ ਤੁਹਾਡੇ ਸਾਹਮਣੇ ਆ ਕਿ ਬਿਲਕੁਲ ਵੀ ਕਦੇ ਸੌਂ ਨਹੀਂ ਖਾਣੀ ਚਾਹੀਦੀ ਗੁਰੂ ਮਹਾਰਾਜ ਜੀ ਤਾਂ ਖਾਸ ਕਰਕੇ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ